ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਪ੍ਰਿੰਸਦੀਪ ਸਿੰਘ ਜੀ, ਪ੍ਰਿੰਸ ਪੰਜਾਬੀ ਟਰੈਵਲ ਚੈਨਲ ਉੱਤੇ ਤੁਹਾਡਾ ਸਵਾਗਤ ਕਰਦਾ ਹਾਂ ਜੀ। ਮੇਰੇ ਨਾਲ ਆ ਮੇਰਾ ਬੇਟਾ ਸਭਪ੍ਰੀਤ ਸਿੰਘ ਜੀ। ਅਸੀਂ ਗੋਬਿੰਦ ਘਾਟ, ਗੁਰਦੁਆਰਾ ਗੋਬਿੰਦ ਘਾਟ ਸਾਹਿਬ ਤੋਂ ਚੱਲੇ ਸੀ ਜੀ, ਗੁਰਦੁਆਰਾ ਗੋਬਿੰਦ ਧਾਮ ਸਾਹਿਬ ਵਿਖੇ ਪਹੁੰਚੇ ਹਾਂ ਜੀ। ਰਸਤੇ ਦੇ ਵਿੱਚ ਕੀ ਔਕੜਾਂ ਆਉਂਦੀਆਂ ਨੇ, ਕੀ ਸਹੂਲਤਾਂ ਮਿਲਦੀਆਂ ਨੇ ਜੀ, ਸਾਰੀਆਂ ਅਸੀਂ ਇਸ ਵੀਡੀਓ ਦੇ ਵਿੱਚ ਸ਼ੇਅਰ ਕੀਤੀਆਂ ਨੇ, ਗੱਲ ਕੀਤੀ ਆ ਜੀ। ਗੁਰਦੁਆਰਾ ਧਾਮ ਦੇ ਵੀ ਅਸੀਂ ਦਰਸ਼ਨ ਕਰਵਾਏ ਨੇ ਜੀ, ਤੁਸੀਂ ਉਸ ਨੂੰ ਵੀ ਜ਼ਰੂਰ ਦੇਖਿਓ ਜੀ। ਰਸਤੇ ਦੇ ਵਿੱਚ ਕੁਛ ਨਵੇਂ ਰਸਤੇ ਬਣੇ ਨੇ ਜੀ, ਕੁਛ ਨਵੇਂ ਪੁਲ ਬਣੇ ਨੇ, ਅਸੀਂ ਉਹਨਾਂ ਦੀ ਵੀ ਪ੍ਰੋਪਰ ਤੁਹਾਨੂੰ ਜਾਣਕਾਰੀ ਦਿੱਤੀ ਆ ਜੀ। ਪਿਛਲੀ ਵੀਡੀਓਜ਼ ਦੇ ਵਿੱਚ ਅਸੀਂ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਦੇ ਦਰਸ਼ਨ ਕਰਵਾਏ ਨੇ ਜੀ, ਅਤੇ ਇਸ ਵੀਡੀਓ ਦੇ ਵਿੱਚ ਅਸੀਂ ਗੁਰਦੁਆਰਾ ਧਾਮ ਸਾਹਿਬ ਦੇ ਦਰਸ਼ਨ ਜੀ ਅਤੇ ਰਸਤੇ ਦੇ ਦਰਸ਼ਨ ਕਰਵਾਏ ਨੇ ਜੀ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ। ਤੁਹਾਨੂੰ ਵੀਡੀਓ ਜੇਕਰ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਕਮੈਂਟ ਦੇ ਵਿੱਚ ਵਾਹਿਗੁਰੂ ਜੀ ਕਮੈਂਟ ਕਰਿਆ ਕਰੋ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰਿਓ ਜੀ। ਹੁਣ ਆਪਾਂ ਮਿਲਦੇ ਹਾਂ ਰਸਤੇ ਦੇ ਵਿੱਚ ਅਤੇ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਆ ਗੱਡੀ ਲਈ ਆ ਜੀ ਆਪਾਂ, ਉਰੋਂ ਤਕਰੀਬਨ 4 ਤੋਂ 5 ਕਿਲੋਮੀਟਰ ਤੱਕ ਇਹ ਗੱਡੀ ਰਾਹੀਂ ਸਫ਼ਰ ਕਰਾਉਂਦੇ ਨੇ। 50 ਰੁਪਏ ਪਰ ਪਰਸਨ ਦੇ ਹਿਸਾਬ ਨਾਲ ਲੈਂਦੇ ਨੇ ਇਹ ਪੈਸੇ, ਅਤੇ ਇਹ ਗੱਡੀ ਆ। ਚੱਲਦੇ ਆਪਾਂ ਅੱਗੇ ਨੂੰ, ਅਤੇ ਦੇਖਦੇ ਹਾਂ ਕਿੱਥੇ ਤੱਕ ਆਪਾਂ ਨੂੰ ਲੈ ਕੇ ਜਾਂਦੇ ਨੇ ਅਤੇ ਕਿਸ ਜਗ੍ਹਾ ਸਟੋਪ ਕਰਾਉਂਦੇ ਨੇ ਜੀ ਇਹ। ਇਸ ਜਗ੍ਹਾ ਗੱਡੀ ਨੇ ਆਪਾਂ ਨੂੰ ਸਟੋਪ ਕੀਤਾ ਜੀ, ਅਤੇ ਅੱਗੇ ਜਿਹੜਾ ਬਾਕੀ ਰੋਡ ਆ ਬਾਕੀ ਤੁਸੀਂ ਪੈਦਲ ਜਾਂ ਘੋੜੇ ਦੇ ਕਰ ਸਕਦੇ ਹੋ। ਇਹ ਆ ਪੁਲਣਾ ਗਾਓ। ਇਸ ਜਗ੍ਹਾ ਗੱਡੀ ਨੇ ਆਪਾਂ ਨੂੰ ਉਤਾਰਤਾ ਜੀ, ਬਾਕੀ ਸਫ਼ਰ ਆਪਾਂ ਉਰੋਂ ਬਾਏ ਪੈਦਲ ਬਾਏ ਰੋਡ ਕਰਾਂਗੇ ਜੀ। ਇਸ ਜਗ੍ਹਾ ਜੀ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ, ਇਹ ਬਣਿਆ ਹੋਇਆ ਆ। ਜਦੋਂ ਜੀ ਆਪਾਂ ਚੜ੍ਹਾਈ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਗਾਓ ਜਿਹੜਾ ਆਉਂਦਾ ਹੈ, ਸਭ ਤੋਂ ਪਹਿਲਾਂ ਪਿੰਡ ਜਿਹੜਾ ਆਉਂਦਾ ਉਹਦਾ ਨਾਮ ਹੈ ਪੁਲਣਾ। ਇੱਥੇ ਹੀ ਜੇ ਆਪਾਂ ਕੋਈ ਮੋਟਰਸਾਈਕਲ ਵਗੈਰਾ ਲੈ ਕੇ ਆਈਏ ਤਾਂ ਇੱਥੇ ਉਹਨਾਂ ਦੀ ਪਾਰਕਿੰਗ ਹੁੰਦੀ ਹੈ, ਅਤੇ ਛੋਟੀ ਜਿਹੀ ਮਾਰਕੀਟ ਬਣੀ ਹੋਈ ਹੈ ਇੱਥੇ। ਜੇ ਆਪਾਂ ਘੋੜੇ ਵਗੈਰਾ ਖੱਚਰ ਕਰਨੀ ਹੋਵੇ ਤਾਂ ਇੱਥੋਂ ਹੋ ਜਾਂਦੀ ਹੈ ਜੀ। ਬਣੇ ਰਹੇ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ। ਜਦੋਂ ਜੀ ਆਪਾਂ ਚੜ੍ਹਾਈ ਚੜ੍ਹ ਰਹੇ ਹੁੰਦੇ ਹਾਂ ਤਾਂ ਆਪਾਂ ਨੂੰ ਰਸਤੇ ਦੇ ਵਿੱਚ ਬਹੁਤ ਸਾਰੇ ਵਾਟਰਫਾਲ ਇਹੋ ਜਿਹੇ ਜਲ ਧਾਰਾ ਦੇਖਣ ਨੂੰ ਮਿਲਦੀਆਂ ਨੇ, ਅਤੇ ਬਹੁਤ ਸੋਹਣਾ ਦ੍ਰਿਸ਼ ਲੱਗਦਾ। ਤੁਸੀਂ ਦੇਖੋ ਹੁਣ ਆ ਗਏ ਜੀ ਆਪਾਂ ਦੂਸਰੇ ਗਾਉਂ ਦੇ ਵਿੱਚ, ਦੂਸਰੇ ਪਿੰਡ 'ਚ, ਅਤੇ ਛੋਟੇ 'ਚ ਇੱਥੇ ਸਟੇ ਵੀ ਹੋ ਜਾਂਦੀ ਹੈ ਅਗਰ ਆਪਾਂ ਰੈਸਟ ਕਰਨੀ ਹੋਵੇ, ਅਤੇ ਮਾਰਕੀਟ ਲੱਗੀ ਹੋਈ ਹੈ ਇੱਥੇ, ਜੇ ਆਪਾਂ ਕੁਛ ਖਰੀਦਣਾ ਹੋਵੇ ਤਾਂ ਖਰੀਦ ਸਕਦੇ ਹਾਂ। ਕਦੇ ਇਸ ਰਸਤੇ ਵਿੱਚ ਉਤਰਾਈ ਆਉਂਦੀ ਹੈ, ਕਦੇ ਚੜ੍ਹਾਈ ਆਉਂਦੀ ਹੈ। ਆਪਾਂ ਨਾ ਜਦੋਂ 16 ਕਿਲੋਮੀਟਰ ਲਈ ਚੜ੍ਹਾਈ ਚੜ੍ਹਦੇ ਹੁੰਦੇ ਹਾਂ, ਕਈ ਜਗ੍ਹਾ ਤਾਂ ਸਿੱਧੀ ਚੜ੍ਹਾਈ ਆ, ਕਈ ਜਗ੍ਹਾ ਡਾਊਨਫਾਲ ਆ,
ਜਣੀ ਜ਼ੋਰ ਬਹੁਤ ਲੱਗਦਾ ਆ, ਸੌਖੀ ਨਹੀਂ ਹੈਗੀ ਇਹ ਚੜ੍ਹਾਈ ਜੀ। ਪਰ ਬੰਦਾ ਜਦੋਂ ਉਸ ਪਰਮਾਤਮਾ ਵਾਹਿਗੁਰੂ ਨੂੰ ਜਪਦਾ ਹੋਇਆ, ਵਾਹਿਗੁਰੂ ਦਾ ਸਿਮਰਨ ਕਰਦਾ ਹੋਇਆ, ਉਸ ਬਾਜਾਂ ਵਾਲੇ ਦੀ ਕੁਰਬਾਨੀ ਨੂੰ ਦੇਖਦਾ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਨੂੰ ਦੇਖਦਾ ਹੋਇਆ ਇਹ ਚੜ੍ਹਾਈਆਂ ਚੜ੍ਹਦਾ ਨਾ ਜੀ, ਤਾਂ ਤੁਸੀਂ ਯਕੀਨ ਮੰਨਿਓ ਮਹਿਸੂਸ ਹੀ ਨਹੀਂ ਹੁੰਦਾ ਜੀ ਵੀ ਇਹ 16 ਕਿਲੋਮੀਟਰ ਜਾਂ 20 ਕਿਲੋਮੀਟਰ ਦੀ ਚੜ੍ਹਾਈ ਆ। ਬੰਦਾ ਹੌਸਲੇ ਜਜ਼ਬੇ ਨਾਲ ਜੀ ਇਸ ਚੜ੍ਹਾਈ ਨੂੰ ਚੜ੍ਹਦਾ ਜਾਂਦਾ ਆ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ, ਵੀਡੀਓ ਚੰਗੀ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਜੀ, ਬਣੇ ਰਹੋ ਪੂਰੀ ਵੀਡੀਓ ਦੇਣ ਤੱਕ ਸਾਡੇ ਨਾਲ ਜੀ। ਮੈਂ ਤਾਂ ਜ਼ਿੰਦਗੀ 'ਚ ਜਾਣੀ 2 ਵਾਰ ਪਹਿਲਾਂ ਵੀ ਆ ਚੁੱਕਿਆ ਆਇਆ ਹਾਂ ਜੀ, ਅਤੇ 3ਜੀ ਵਾਰ ਫਿਰ ਇਸ ਜਗ੍ਹਾ ਤੇ ਆਇਆ ਹਾਂ ਦਰਸ਼ਨ ਕਰਨ ਆਇਆ ਹਾਂ, ਅਤੇ ਸਭ ਪ੍ਰੀਤ ਆਇਆ ਆ ਪਹਿਲੀ ਵਾਰ ਇਸ ਜਗ੍ਹਾ ਦੇ ਦਰਸ਼ਨ ਕਰਨ। ਆਪਾਂ ਨੂੰ ਵੀ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਜ਼ਰੂਰ ਆਉਣਾ ਚਾਹੀਦਾ ਹੈ, ਅਤੇ ਆਨੰਦ ਆਉਂਦਾ ਜਦੋਂ ਆਪਾਂ ਜਣੀ ਸਭੀ ਮੇਰੇ ਨਾਲ ਉਹ ਪੂਰਾ ਕਾਇਮ ਆ ਜਣੀ, ਇਹ ਵੀ ਜਾਂਦਾ ਚੜ੍ਹਾਈ ਚੜ੍ਹਿਆ ਅਤੇ ਅਸੀਂ ਦੋਨੇ ਪਿਓ ਪੁੱਤ ਵਾਰੋ ਵਾਰੀ ਇੱਕ ਦੂਜੇ ਨਾਲ ਮਿਲ ਜੁਲ ਕੇ ਜੀ ਚੜ੍ਹਾਈ ਨੂੰ ਚੜ੍ਹ ਰਹੇ ਹਾਂ ਅਤੇ ਇਸ ਸਫ਼ਰ ਨੂੰ ਇੰਜੋਏ ਕਰ ਰਹੇ ਹਾਂ, ਉਸ ਪਰਮਾਤਮਾ ਦਾ ਨਾਮ ਜਪਦੇ ਹੋਏ ਇਹ ਚੜ੍ਹਾਈਆਂ ਚੜ੍ਹ ਰਹੇ ਹਾਂ ਜੀ। ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਘੋੜੇ ਵੀ ਆ ਰਹੇ ਨੇ, ਇਹਨਾਂ 'ਤੇ ਦੇਖੋ ਕਿੰਨਾ ਕਿੰਨਾ ਸਮਾਨ ਲੱਦਿਆ ਆ, ਇਹ ਵੀ ਉਸ ਪਰਮਾਤਮਾ ਦੇ ਜੀ ਨੇ ਜੀ, ਇਹ ਵੀ ਇਸ ਸਫ਼ਰ ਨੂੰ ਤੈਅ ਕਰ ਰਹੇ ਨੇ। ਅਤੇ ਇੱਕ ਪਾਸੇ ਦੇਖੋ ਤੁਸੀਂ ਬਿਲਕੁਲ ਸਾਫ਼ ਪਾਣੀ ਆ, ਉੱਤੋਂ ਪਹਾੜਾਂ ਦਾ ਬਰਫ਼ ਦਾ ਖੁਰਕੇ ਆ ਰਿਹਾ ਆ, ਦੁੱਧ ਵਰਗਾ ਪਾਣੀ ਆ ਬਿਲਕੁਲ ਚਿੱਟਾ ਜੀ, ਬਹੁਤ ਸੋਹਣਾ ਵਾਤਾਵਰਨ ਆ ਉਰੇ ਜੀ, ਅਤੇ ਬਹੁਤ ਸੋਹਣੀ ਜਗ੍ਹਾ ਆ ਇਹ ਜੀ, ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਆ, ਪਾਣੀ ਵਗ ਰਿਹਾ ਆ, ਇੰਜੋਏ ਆ ਜੀ, ਇੱਕ ਬਹੁਤ ਸੋਹਣਾ ਲੱਗ ਰਿਹਾ ਜੀ। 16 ਕਿਲੋਮੀਟਰ ਦੀ ਚੜ੍ਹਾਈ ਦੇ ਵਿੱਚ ਜੀ ਹੁਣ ਆਪਾਂ ਤੀਸਰੀ ਜਿਹੜਾ ਪਿੰਡ ਕਹੀਏ ਉਸ ਆਏ ਹਾਂ, ਅਤੇ ਮਾਰਕੀਟ ਇੱਥੇ ਵੀ ਆ, ਕੁਛ ਖਾਣਾ ਹੋਵੇ ਪੀਣਾ ਹੋਵੇ, ਇਹ ਵਾਸ਼ਰੂਮ ਬਣੇ ਹੋਏ ਨੇ, ਬਸ ਚੜ੍ਹਦੇ ਰਹੋ ਜੀ, ਅਤੇ ਆਨੰਦ ਆਉਂਦਾ ਜਦੋਂ ਆਪਾਂ ਅਜਿਹਾ ਸਫ਼ਰ ਕਰਦੇ ਹਾਂ, ਜ਼ਿੰਦਗੀ ਦੇ ਵਿੱਚ ਇੱਕ ਨਵਾਂ ਐਡਵੈਂਚਰ ਹੁੰਦਾ, ਜ਼ਰੂਰ ਆਉਣਾ ਚਾਹੀਦਾ ਆਪਾਂ ਨੂੰ ਅਜਿਹੀ ਜਗ੍ਹਾ ਦੇ ਉੱਪਰ। ਹੁਣ ਆਪਾਂ ਜੀ ਪਹੁੰਚੇ ਹਾਂ 4ਥੀ ਸਟੇਜ 'ਤੇ, ਅਤੇ ਇੱਥੇ ਅਸੀਂ ਦੇਖੋ 2 ਰਸਤੇ ਜਾਂਦੇ ਨੇ, ਜਿਹੜਾ ਪੁਰਾਣਾ ਸੀਗਾ ਜੀ, ਪਹਿਲਾਂ ਆਪਾਂ ਇਸ ਰਸਤੇ ਰਾਹੀਂ ਜਾਂਦੇ ਸੀਗੇ, ਅਤੇ ਇਹ ਰਸਤਾ ਬਣਾਇਆ ਨਵਾਂ ਜੀ, ਨਵੇਂ ਪੁਲਵੱਲੀ ਨੂੰ ਜਾਂਦਾ ਇਹ ਰਸਤਾ, ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ, ਛੋਟੇ ਛੋਟੇ ਬੱਚੇ ਵੀ ਪੈਦਲ ਜੀ ਉੱਪਰੋਂ ਦਰਸ਼ਨ ਕਰਕੇ ਵਾਪਸ ਆ ਰਹੇ ਨੇ, ਦੇਖੋ ਸਕਰੀਨ ਦੇ ਉੱਤੇ ਜਾਣੀ ਤੁਸੀਂ ਦੇਖ ਸਕਦੇ ਹੋ, ਜਾਣੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ, ਬੰਦਾ ਹੌਸਲੇ ਨਾਲ ਥੱਲੇ ਆਉਂਦਾ ਆ ਜੀ। 5 ਵਜੇ ਜੀ ਆਪਾਂ ਯਾਤਰਾ ਸ਼ੁਰੂ ਕੀਤੀ ਸੀ, ਅਤੇ ਹੁਣ ਵੱਜ ਗਏ ਨੇ 7, 26 ਮਈ ਦਾ ਅੱਜ ਦਿਨ ਹੈ, ਅਤੇ ਪੰਜਾਬ 'ਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ, ਪਰ ਤੁਸੀਂ ਦੇਖੋ ਇੱਥੇ ਬਹੁਤ ਠੰਡਕ ਹੈ, 6 ਡਿਗਰੀ ਟੈਂਪਰੇਚਰ ਸੀ ਸਵੇਰੇ, ਅਤੇ ਹੁਣ ਦੇਖੋ ਉੱਪਰ ਜਿਹੜੇ ਪਹਾੜ ਨੇ, ਪਹਾੜਾਂ ਦੇ ਵਿੱਚ ਧੁੱਪ ਨਿਕਲਣੀ ਸ਼ੁਰੂ ਹੋ ਗਈ, ਇੰਨੀ ਸੋਹਣੀ ਧੁੱਪ ਹੈ, ਅਤੇ ਬਹੁਤ ਸੋਹਣਾ ਇੱਥੇ ਮੌਸਮ ਹੈ, ਅਤੇ ਬਣੇ ਰਹੋ ਜੀ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ। ਇਹ ਹੈ ਜੀ ਪਹਿਲਾ ਮੈਡੀਕਲ ਕੈਂਪ ਸ਼੍ਰੀ ਹੇਮਕੁੰਟ ਸਾਹਿਬ ਸੇਵਾ ਸਿਮਰਨ ਸੁਸਾਇਟੀ ਵੱਲੋਂ ਲਗਾਇਆ ਗਿਆ, ਇੱਥੇ ਆਪਾਂ ਮਸਾਜ, ਪ੍ਰਸ਼ਾਦ ਅਤੇ ਦਵਾਈਆਂ ਲੈ ਸਕਦੇ ਹਾਂ।
ਪਹਿਲਾਂ ਜਦੋਂ ਆਪਾਂ ਸਫ਼ਰ ਕਰਦੇ ਸੀਗੇ ਜੀ ਤਾਂ ਉਹ ਥੱਲੇ ਦੀ ਸੀਗਾ ਰਸਤਾ, ਤੇ ਇਹ ਨਵਾਂ ਰਸਤਾ ਬਣਿਆ ਆ ਤੇ ਉਹ ਆ ਗਿਆ ਬਿਲਕੁਲ ਸਾਹਮਣੇ ਪੁਲ ਜੀ, ਹੁਣ ਉਹ ਵੀ ਖੋਨਿਆ ਪੁਲ ਤੇ ਤੁਸੀਂ ਉੱਪਰ ਦੇਖ ਸਕਦੇ ਹੋ ਬਰਫ਼ ਪਈ ਹੋਈ ਪਹਾੜਾਂ ਦੇ ਵਿੱਚ, ਕਈ ਜਗ੍ਹਾ ਦੇ ਉੱਤੇ ਬਰਫ਼ ਦਿਖਾਈ ਦਿੰਦੀ ਆ। ਆ ਜੋ ਆਪਾਂ ਤੁਹਾਨੂੰ ਨਵਾਂ ਪੁਲ ਦਿਖਾਉਂਦੇ ਹਾਂ, ਉੱਥੇ ਥੋੜ੍ਹੀ ਦੇਰ ਰੈਸਟ ਕਰਦੇ ਹਾਂ, ਆਰਾਮ ਕਰਦੇ ਹਾਂ ਜੀ, ਅਤੇ ਕੀ ਕੁਝ ਬਦਲਿਆ ਆ ਇਸ ਜਗ੍ਹਾ ਦੇ ਉੱਤੇ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਜੀ। ਬਣੇ ਰਹੋ ਪੂਰੀ ਵੀਡੀਓ ਦੇਣ ਤੱਕ ਸਾਡੇ ਨਾਲ ਜੀ। ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਪੁਲ ਦੇ ਕੋਲ, ਅਤੇ ਇਹ ਪੁਲ ਨਵਾਂ ਹੀ ਬਣਿਆ ਹਾਲ ਦੇ ਵਿੱਚ ਹੀ, ਅਤੇ ਇੱਥੇ ਰੈਸਟੋਰੈਂਟ ਜੇ ਵੀ ਨੇ ਜਿੱਥੇ ਆਪਾਂ ਕੁਛ ਖਾਣਾ ਹੋਵੇ ਤਾਂ ਖਾ ਵੀ ਸਕਦੇ ਹਾਂ। ਅਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਪੁਲ, ਅਤੇ ਇੱਥੇ ਆਪਾਂ ਰੁਕ ਸਕਦੇ ਹਾਂ, ਕੁਛ ਸਮਾਂ ਰੈਸਟ ਕਰ ਸਕਦੇ ਹਾਂ। ਸੋਹਣੀ ਜਗ੍ਹਾ ਜੀ ਇਹ। ਲੋਕ ਬੈਠੇ ਨੇ ਜੀ, ਖਾਣਾ ਖਾ ਰਹੇ ਨੇ, ਤੇ ਆਇਆ ਜੀ ਨਵਾਂ ਪੁਲ। ਇਹ ਬਣ ਗਿਆ ਜੀ ਨਵਾਂ ਪੁਲ, ਤੇ ਜਿਹੜਾ ਪਿਛਲਾ ਪੁਲ ਸੀਗਾ ਉਹ ਦੇਖ ਰਹੇ ਹੋ ਸਕਰੀਨ ਦੇ ਉੱਤੇ, ਨਵਾਂ ਜਿਹੜਾ ਪੁਰਾਣਾ ਪੁਲ ਆ ਜੀ ਉਹ ਪੁਲ ਆ ਜੀ ਇਹ, ਤੇ ਇਹਦੇ ਨਾਲ ਉਹ ਆਉਂਦਾ ਰਸਤਾ ਜੀ। ਇਸ ਟਾਈਮ ਆਪਾਂ ਨਵੇਂ ਪੁਲ ਤੇ ਖੜੇ ਆ, ਨਵਾਂ ਰਸਤਾ ਬਣ ਗਿਆ ਇਹ ਪੁਰਾਣਾ ਸੀਗਾ ਜੀ। ਯਾਤਰਾ ਦੌਰਾਨ ਜੀ ਆਪਾਂ ਦੇਖਣ ਨੂੰ ਮਿਲਦੇ ਨੇ ਇਹ ਮਖਿਆੜਾਂ ਦੇ ਛੱਤੇ, ਮਧੂਮੱਖੀਆਂ ਛੱਤੇ ਨੇ ਇਹ, ਤੇ ਇਹਨਾਂ ਤੇ ਆਪਾਂ ਨੂੰ ਕੁਛ ਵੀ ਚੀਜ਼ ਸਿੱਟਣੀ ਨਹੀਂ ਚਾਹੀਦੀ ਕਿਉਂਕਿ ਖਤਰਨਾਕ ਹੋ ਸਕਦੀ ਹੈ। ਦੇਖ ਸਕਦੇ ਹੋ ਛੱਤੇ ਨੇ ਨਾ, ਬਹੁਤ ਵੱਡੇ ਸਾਈਜ਼ ਦੇ ਛੱਤੇ ਨੇ, ਦੇਖੋ ਆਪਣੀ ਸਕਰੀਨ ਉੱਪਰ। ਜਿਹੜੀ 16 ਕਿਲੋਮੀਟਰ ਵਾਲੀ ਚੜ੍ਹਾਈ ਆ ਜੀ, ਉਹਦੇ ਵਿੱਚ ਨਾ ਕਈ ਜਗ੍ਹਾ ਬਰਫ਼ ਜੰਮੀ ਹੋਈ ਆ, ਗਲੇਸ਼ੀਅਰ ਜੰਮੇ ਹੋਏ ਨੇ, ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਕਈ ਜਗ੍ਹਾ ਗਲੇਸ਼ੀਅਰ ਜੰਮੇ ਹੋਏ ਨੇ, ਹਲੇ ਵੀ ਬਰਫ਼ ਹੈਗੀ ਆ, ਦੇਖੋ ਤੁਸੀਂ ਸਕਰੀਨ ਦੇ ਉੱਤੇ ਇਹ ਬਰਫ਼ ਪਈ ਆ, ਹਲੇ ਵੀ ਗਲੇਸ਼ੀਅਰ ਪਿਘਲੇ ਨਹੀਂ ਹੈਗੇ। ਜਗ੍ਹਾ ਤੇ ਆਪਾਂ ਹੁਣ ਬੈਠੇ ਹਾਂ ਜੀ, ਇਸ ਜਗ੍ਹਾ ਤੋਂ ਗੋਬਿੰਦ ਘਾਟ 13 ਕਿਲੋਮੀਟਰ ਆ, ਤੇ ਗਾਂਗਰੀਆ ਜਿਹੜਾ ਆ ਉਹ 1 ਕਿਲੋਮੀਟਰ ਆ, ਧਾਮ ਆ 1 ਕਿਲੋਮੀਟਰ ਆ। ਯਾਨੀ ਆਪਾਂ 5:30 ਵਜੇ ਸ਼ੁਰੂ ਕੀਤਾ ਸੀ ਸਫ਼ਰ ਜੀ, ਤੇ 8 ਵਜੇ ਨੇ, 8 ਵਜੇ ਤੱਕ ਆਪਾਂ 13 ਕਿਲੋਮੀਟਰ ਕੱਢਿਆ ਆਇਆ ਜੀ। ਪਰਮਾਤਮਾ ਵਾਹਿਗੁਰੂ ਦੀ ਕਿਰਪਾ ਨਾਲ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਨਾਲ ਜੀ, ਯਾਨੀ ਹੌਸਲਾ ਬਣਾ ਕੇ ਵਾਹਿਗੁਰੂ ਦਾ ਜਾਪ ਕਰਦੇ ਹੋਏ, ਸਿਮਰਨ ਕਰਦੇ ਹੋਏ, ਸਾਨੂੰ ਇਹ ਚੜ੍ਹਾਈ ਚੜ੍ਹਦੇ ਰਹਿਣਾ ਚਾਹੀਦਾ ਆ ਜੀ, ਇੱਕ ਵਿਸ਼ਵਾਸ ਬਣਾ ਕੇ ਰੱਖਣਾ ਚਾਹੀਦਾ ਆ, ਅਤੇ ਹੌਸਲਾ ਹੋਵੇ ਤਾਂ ਬੰਦਾ ਵੱਡੇ ਵੱਡੇ ਮੁਕਾਮ ਵੀ ਹਾਸਲ ਕਰ ਲੈਂਦਾ ਆ, ਕਿ 13 ਕਿਲੋਮੀਟਰ ਜਾਂ 20 ਕਿਲੋਮੀਟਰ ਚੜ੍ਹਾਈ ਕੁਛ ਵੀ ਨਹੀਂ ਹੈਗੀ ਜੀ। ਪਰ ਆਪਾਂ ਪਹੁੰਚ ਗਏ ਜੀ, ਅਤੇ ਇਸ ਸਾਈਡ ਤੁਸੀਂ ਦੇਖੋ ਗਲੇਸ਼ੀਅਰ, ਅਤੇ ਇੱਥੇ ਹੀ ਹੈਲੀਪੈਡ ਹੈ ਸਾਹਮਣੇ, ਜਿੱਥੇ ਤੁਸੀਂ ਕੈਂਪ 'ਚ ਦੇਖ ਰਹੇ ਹੋ ਉੱਥੇ ਹੈਲੀਪੈਡ ਹੈ, ਅਤੇ ਜਿਹੜੇ ਸਾਹਮਣੇ ਰੁੱਖ ਨੇ ਇਹਨਾਂ ਨੂੰ ਪਾਰ ਕਰਕੇ ਆਪਾਂ ਪਹੁੰਚ ਜਾਂਗੇ ਗੋਬਿੰਦ ਧਾਮ। ਬਹੁਤ ਵਧੀਆ ਯਾਤਰਾ ਸੀ ਇਹ, ਅਤੇ ਦੇਖੋ ਬਹੁਤ ਸੁਹਾਵਣਾ ਮੌਸਮ ਹੈ। ਇਹ ਆ ਜੀ ਹੈਲੀਪੈਡ, ਗੋਬਿੰਦ ਘਾਟ ਤੋਂ ਇੱਥੇ ਤੱਕ ਜਹਾਜ਼ ਦਾ ਤੁਸੀਂ ਸਫ਼ਰ ਕਰ ਸਕਦੇ ਹੋ, ਅਤੇ ਇਹ ਸਾਹਮਣੇ ਟੈਂਟ ਨੇ
ਜੇ ਟੈਂਟ ਦੇ ਵਿੱਚ ਵੀ ਤੁਸੀਂ ਰਹਿਣਾ ਹੋਵੇ ਤਾਂ ਰਹਿ ਸਕਦੇ ਹੋ, ਟੈਂਟ ਕਿਰਾਏ 'ਤੇ ਲੈ ਸਕਦੇ ਹੋ। ਇਹ ਟੈਂਟ ਨੇ ਜੀ ਇਸ ਜਗ੍ਹਾ ਦੇ ਉੱਤੇ, ਅਤੇ ਇਹ ਸਾਹਮਣੇ ਦਰੱਖਤਾਂ ਦੇ ਨਾਲ ਪਿਛਲੇ ਪਾਸੇ ਆ ਗੋਬਿੰਦ ਧਾਮ ਜੀ। ਅਤੇ ਆ ਗਲੇਸ਼ੀਅਰ ਹਲੇ ਵੀ ਕਈ ਜਗ੍ਹਾ ਮੌਜੂਦ ਨੇ ਜੀ, ਪਿੰਗਲੇ ਨਹੀਂ ਹੈਗੇ, ਬਰਫ਼ ਉਸੇ ਤਰ੍ਹਾਂ ਪਈ ਆ, ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਕੁਛ ਹੀ ਟਾਈਮ ਦੇ ਵਿੱਚ ਆਪਾਂ ਪਹੁੰਚਣ ਲੈ ਰਹੇ ਹਾਂ ਜੀ ਗੋਬਿੰਦ ਧਾਮ ਵਿਖੇ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ। ਅਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੋਬਿੰਦ ਧਾਮ ਵਿਖੇ, ਇੱਥੇ ਹੀ ਘੋੜੇ ਆਪਾਂ ਨੂੰ ਉਤਾਰ ਦਿੰਦੇ ਨੇ, 16 ਕਿਲੋਮੀਟਰ ਚੜ੍ਹਾਈ ਇੱਥੇ ਸਮਾਪਤ ਹੋ ਜਾਂਦੀ ਹੈ ਜੀ। ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ, ਵੀਡੀਓ ਨੂੰ ਲਾਈਕ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਜੀ। ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਸ਼੍ਰੀ ਗੋਬਿੰਦ ਧਾਮ ਵਿਖੇ ਦਰਸ਼ਨ ਕਰਾਂਗੇ ਜੀ, ਇਸ ਲਈ ਸਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਵੀ ਬਣੇ ਰਹੋ।